ਜੇ ਤੁਸੀਂ ਆਪਣੇ ਉਸਾਰੇ ਮਕਾਨ 'ਚ ਰਹਿੰਦੇ ਹੋ ਤੁਹਾਡੇ ਕੋਲ ਖਾਣ ਲਈ ਪੌਸ਼ਟਿਕ ਭੋਜਨ ਹੈ ਤਿੱਖਰ ਚਣ ਲਈ ਪੈਸੇ ਹਨ ਤਾਂ ਤੁਸੀਂ ਸੰਸਾਰ ਦੇ ਪਤਵੰਤੇ ਵਿਅਕਤੀਆਂ ਵਿੱਚੋਂ ਹੋ ਜੇਕਰ ਤੁਹਾਡਾ ਘਰ ਸਾਫ਼ ਸੁਥਰੀ ਥਾਂ ਤੇ ਹੈ ਸਫ਼ਰ ਲਈ ਕਾਰ ਹੈ ਬੈਂਕ ਵਿੱਚ ਆਨ ਜਾਣ ਹੈ ਮੋਬਾਈਲ ਤੇ ਕੰਪਿਊਟਰ ਵਰਤਦੇ ਹੋ ਤਾਂ ਤੁਸੀਂ ਸੰਸਾਰ ਦੀ ਉੱਪਰਲੀ 20% ਆਬਾਦੀ ਵਿੱਚੋਂ ਹੋ ਜੇਕਰ ਤੁਸੀਂ ਅੱਜ ਸਵੇਰੇ ਪ੍ਰਸੰਨ ਚਿੱਤ ਜਾਗੇ ਸੀ ਤੁਹਾਡੀ ਸਿਹਤ ਠੀਕ ਹੈ ਸੈਰ ਕੀਤੀ ਹੈ ਤਾਂ ਤੁਸੀਂ ਉਹਨਾਂ ਲੱਖਾਂ ਲੋਕਾਂ ਨਾਲੋਂ ਚੰਗੇ ਹੋ ਜਿਹੜੇ ਇਸ ਹਫ਼ਤਾ ਚਲਾਣਾ ਕਰ ਜਾਣਗੇ ਜੇਕਰ ਤੁਹਾਨੂੰ ਕਿਸੇ ਖਾਨਾ ਜੰਗੀ ਦਾ ਸਾਹਮਣਾ ਨਹੀਂ ਕਰਨਾ ਪਿਆ ਸ਼ਰਨਾਰਥੀ ਨਹੀਂ ਬਣਨਾ ਪਿਆ ਜੇਲ੍ਹ ਦੀ ਇਕਲਤਾ ਦਾ ਸ਼ਿਕਾਰ ਨਹੀਂ ਹੋਣਾ ਪਿਆ ਥਾਣੇ ਵਿੱਚ ਤਸੀਹੇ ਨਹੀਂ ਸਹਿਣੇ ਪਏ ਖੂਫੀਆ ਏਜੰਸੀਆਂ ਨੇ ਤੁਹਾਡਾ ਪਿੱਛਾ ਨਹੀਂ ਕੀਤਾ ਤਾਂ ਤੁਸੀਂ ਸੰਸਾਰ ਦੇ 2 ਅਰਬ ਲੋਕਾਂ ਨਾਲੋਂ ਚੰਗੇ ਹੋ ਜਿਨ੍ਹਾਂ ਨੂੰ ਕਿਸੇ ਅਜਿਹੇ ਭੈ ਦੀ ਚਿੰਤਾ ਨਿਰੰਤਰ ਲੱਗੀ ਹੀ ਰਹਿੰਦੀ ਹੈ ਜੇਕਰ ਤੁਸੀਂ ਬਿਨਾਂ ਕਿਸੇ ਡਰ ਦੇ ਆਪਣੀ ਪਸੰਦ ਦੇ ਧਾਰਮਿਕ ਸਥਾਨ ਤੇ ਜਾ ਸਕਦੇ ਹੋ ਜੇ ਤੁਹਾਨੂੰ ਅੱਜ ਗ੍ਰਿਫਤਾਰ ਕੀਤੇ ਜਾਣ ਦਾ ਡਰ ਨਹੀਂ ਲਾਪਤਾ ਹੋਣ ਦੀ ਚਿੰਤਾ ਨਹੀਂ ਮਾਰੇ ਜਾਣ ਦਾ ਭੈ ਨਹੀਂ ਤਾ ਤੁਸੀਂ ਤਿੰਨ ਅਰਬ ਲੋਕਾਂ ਨਾਲੋਂ ਚੰਗੇ ਹੋ ਜਿਹੜੇ ਅਜਿਹੀ ਮੌਜ ਨਹੀਂ ਮਾਣ ਸਕਦੇ ਜੇ ਤੁਸੀਂ ਆਪਣੇ ਸ਼ਹਿਰ ਵਿੱਚ ਮਾਪੇ ਤੁਹਾਡੇ ਨਾਲ ਜਾਂ ਤੁਸੀਂ ਮਾਪਿਆਂ ਨਾਲ ਰਹਿੰਦੇ ਹੋ ਤੇ ਤੁਹਾਡੇ ਬੱਚੇ ਕਾਲਜ ਯੂਨੀਵਰਸਿਟੀ 'ਚ ਪੜ੍ਹਦੇ ਹਨ ਪਤਨੀ ਕੋਲ ਵੀ ਰੋਜ਼ਗਾਰ ਹੈ ਤਾਂ ਤੁਸੀਂ ਸੰਸਾਰ ਦੀ 3/4 ਆਬਾਦੀ ਨਾਲੋਂ ਵਧੇਰੇ ਸਹੂਲਤਾ ਮਾਣ ਰਹੇ ਹੋ ਜੇਕਰ ਤੁਹਾਨੂੰ ਬੱਚਤ ਕਰਨ ਦੀ ਆਦਤ ਹੈ ਜਾਇਦਾਦ ਤੋਂ ਵੀ ਆਮਦਨ ਹੈ ਘਰ ਵਿੱਚ ਵੀ ਪੈਸੇ ਰੱਖੇ ਹੋਏ ਹਨ ਕੋਈ ਚੀਜ਼ ਖਰੀਦਣ ਵੇਲੇ ਕਿਸੇ ਤੋਂ ਪੈਸੇ ਨਹੀਂ ਮੰਗਣੇ ਪੈਂਦੇ ਜੇਬ ਵਿੱਚ ਵੀ ਪੈਸੇ ਹੁੰਦੇ ਹਨ ਘਰ ਦਾ ਕੋਈ ਜੀਵ ਵਿਦੇਸ਼ ਗਿਆ ਹੋਇਆ ਹੈ ਤੇ ਘਰ 'ਚ ਚਿੱਠੀ ਪੱਤਰ ਤੇ ਅਖਬਾਰ ਨਾਲ ਕੋਈ ਰਸਾਲਾ ਵੀ ਆਉਂਦਾ ਤਾਂ ਤੁਸੀਂ ਸੰਸਾਰ ਦੇ ਉੱਪਰਲੇ 7% ਲੋਕਾਂ ਵਿੱਚੋਂ ਹੋ ਜੇਕਰ ਤੁਸੀਂ ਇਸੇ ਲੇਖ ਨੂੰ ਪੜ੍ਹ ਸੁਣ ਰਹੇ ਹੋ ਇਹ ਸੁਨੇਹਾ ਤੁਹਾਡੇ ਤੱਕ ਅਪੜ ਰਿਹਾ ਹੈ ਇਹ ਸਬੂਤ ਹੈ ਕਿ ਤੁਸੀਂ ਪੜੇ ਲਿਖੇ ਹੋ ਤਾਂ ਤੁਸੀਂ ਸੰਸਾਰ ਦੇ ਉਹਨਾਂ 2 ਅਰਬ ਲੋਕਾਂ ਨਾਲੋਂ ਚੰਗੇ ਰਿਓ ਜਿਨ੍ਹਾਂ ਨੂੰ ਪੜਨਾ ਲਿਖਣਾ ਨਹੀਂ ਆਉਂਦਾ ਅੱਜ ਦੇ ਦਿਨ ਨੂੰ ਆਪਣੀਆਂ ਇਹਨਾਂ ਮੁੱਲਵਾਨ ਖੂਬੀਆਂ ਖੁਸ਼ੀਆਂ ਤੇ ਖੁਸ਼ਹਾਲੀਆਂ ਦੇ ਸੰਦਰਭ ਵਿੱਚ ਗੁਜ਼ਾਰਨਾ ਤੇ ਆਪਣੇ ਜਾਣਨ ਵਾਲਿਆਂ ਨੂੰ ਵੀ ਦੱਸਣਾ ਕਿ ਸਾਡੇ ਸਭਨਾਂ ਕੋਲ ਕਿੰਨੀਆਂ ਕੀਮਤੀ ਨਿਯਮਤਾਂ ਹਨ ਧੰਨਵਾਦ